स्वागत है दोस्तों तुहाडा अपना सांझा पंजाब टीवी ते मैं भुपिंदर सिंह सज्जन। दर्शकों अज एक बार फिर मैं छोटी बच्ची हरशरण कौर नूं तुहाडे रूबरू करूँगा। दो चार गल्लांबातां तुहाडे नाल सांझियां करनियां चाहुंदा। पहला तुसीं बच्ची नूं देख लो, हरशरण कौर फाजिलका। इस तों पहला कि बच्ची कुछ गा के तुहानूं सुणावे, दो चार गल्लां तुहाडे नाल सांझियां करनियां चाहुंदा। इस बच्ची ने तुहानूं कुछ इदां दा सुणाउणा हैगा जिहड़ा कि खालसाई जज्बे दे नाल भरिया होइआ। ਆਪਾਂ ਸਾਰੇ ਜਣੇ ਜਦੋਂ ਅੱਜ ਆਸੇ ਪਾਸੇ ਝਾਤ ਮਾਰ ਕੇ ਵੇਖਦੇ ਹਾਂ ਤਾਂ ਜਿੱਦਾਂ ਦੇ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਆ, ਇੱਥੋਂ ਦੀਆਂ ਹਕੂਮਤਾਂ ਦੇ ਵੱਲੋਂ ਜੋ ਹਾਲਾਤ ਬਣਾ ਦਿੱਤੇ ਗਏ ਨੇ, ਜਦੋਂ ਉਹ ਸਾਰੇ ਕੱਸ ਨੂੰ ਵੇਖਦੇ ਹਾਂ ਤਾਂ ਜਿਹੜੇ ਪੰਥ ਦਰਦੀ ਨੇ, ਜਿਹੜੇ ਪੰਜਾਬ ਪ੍ਰਸਤ ਲੋਕ ਨੇ, ਉਹਨਾਂ ਨੂੰ ਯਾਦ ਆਉਂਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਉਹ ਰਾਜ ਭਾਗ ਜਿਹਨੂੰ ਖਾਲਸਾ ਰਾਜ ਆਖਿਆ ਜਾਂਦਾ। ਉਹ ਰਾਜ ਇਸ ਕਰਕੇ ਚੇਤੇ ਆਉਂਦਾ ਹੈ ਕਿਉਂਕਿ ਅੱਜ ਵਰਗੇ ਹਾਲਾਤ ਉਸ ਰਾਜ ਦੇ ਵਿੱਚ ਨਹੀਂ ਸੀਗੇ। ਅੱਜ ਫੋਕੇ ਦਾਅਵੇ ਕੀਤੇ ਜਾਂਦੇ ਆ, ਫੋਕੇ ਵਾਅਦੇ ਕੀਤੇ ਜਾਂਦੇ ਆ ਆਮ ਜਨਤਾ ਦੇ ਨਾਲ ਕਿ ਤੁਸੀਂ ਸਾਨੂੰ ਵੋਟਾਂ ਪਾਓ ਅਤੇ ਅਸੀਂ ਤੁਹਾਨੂੰ ਇੱਦਾਂ ਦਾ ਰਾਜ ਦੇਵਾਂਗੇ, ਉਹਦੇ ਵਿੱਚ ਆਹ ਹੋਊਗਾ, ਇਹ ਹੋਊਗਾ। ਪਰ ਜਦੋਂ ਕਿਸੇ ਵੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਤਾਂ ਹਾਲਾਤ ਜਿਹੜੇ ਪਹਿਲਾਂ ਵੱਧ ਨਾਲੋਂ ਫਿਰ ਅੱਗੇ ਬਦਤਰ ਹੋ ਜਾਂਦੇ ਨੇ। ਆਹ ਅੱਜ ਸਾਰਾ ਕੁਝ ਸਾਡੇ ਸਾਰਿਆਂ ਦੇ ਸਾਹਮਣੇ ਹੀ ਹੈ। ਔਰ ਜਿਹੜਾ ਉਹ ਰਾਜ ਮੁੜ ਇਸ ਕਰਕੇ ਚੇਤੇ ਆਉਂਦਾ ਹੈ, ਹਰੇਕ ਨੂੰ ਚੇਤੇ ਆਉਂਦਾ ਹੈਗਾ, ਇਸ ਬੱਚੀ ਹਰਸ਼ਰਨ ਕੌਰ ਨੂੰ ਵੀ ਚੇਤੇ ਆਉਂਦਾ। ਉਹ ਇਸ ਕਰਕੇ ਯਾਦ ਆਉਂਦਾ ਹੈਗਾ ਕਿਉਂਕਿ ਉਸ ਰਾਜ ਦੇ ਵਿੱਚ ਕਿਸੇ ਦਾ ਜਬਰੀ ਧਰਮ ਤਬਦੀਲ ਨਹੀਂ ਕੀਤਾ ਗਿਆ। ਉਸ ਰਾਜ ਦੇ ਵਿੱਚ ਕਿਸੇ ਦੇ ਵੀ ਧਾਰਮਿਕ ਅਸਥਾਨ ਨੂੰ ਢਹਿ ਢੇਰੀ ਨਹੀਂ ਸੀ ਕੀਤਾ ਗਿਆ। ਉਸ ਰਾਜ ਦੇ ਵਿੱਚ ਆਮ ਜਨਤਾ ਬਹੁਤ ਹੀ ਜ਼ਿਆਦਾ ਖੁਸ਼ੀਆਂ ਅਤੇ ਸੁੱਖਾਂ ਦੇ ਨਾਲ ਭਰਿਆ ਹੋਇਆ ਜੀਵਨ ਬਤੀਤ ਕਰਦੀ ਸੀਗੀ। ਉਸ ਰਾਜ ਦੇ ਵਿੱਚ ਨੌਜਵਾਨੀ ਨੂੰ ਕਰਾਹੇ ਪੈਣ ਦਾ ਕੋਈ ਡਰ ਨਹੀਂ ਸੀਗਾ, ਮਾਪਿਆਂ ਨੂੰ ਕੋਈ ਇੱਦਾਂ ਦਾ ਡਰ ਨਹੀਂ ਸੀਗਾ ਕਿ ਸਾਡੇ ਬੱਚੇ ਨਸ਼ਿਆਂ 'ਚ ਗਲਤਾਨ ਹੋ ਜਾਣਗੇ, ਵੀ ਸਾਡੇ ਬੱਚੇ ਪਤਤ ਪੁਣੇ ਦੀ ਲਹਿਰ ਵਿੱਚ ਨਾਲ ਵਹਿ ਜਾਣਗੇ, ਜਾਂ ਸਾਡੇ ਬੱਚੇ ਬਹੁਤ ਹੀ ਜ਼ਿਆਦਾ ਮਾੜੀਆਂ ਅਲਾਮਤਾਂ ਦੇ ਵਿੱਚ ਗਰਕ ਹੋ ਜਾਣਗੇ। ਇੱਦਾਂ ਦਾ ਕੋਈ ਡਰ ਪਿਆ ਹੈ ਹੀ ਨਹੀਂ ਸੀ ਮਾਪਿਆਂ ਨੂੰ। ਅੱਜ ਦੇ ਹਾਲਾਤਾਂ ਦੇ ਨਾਲ ਤੁਸੀਂ ਤੁਲਨਾ ਕਰਕੇ ਵੇਖ ਲਓ ਉਹ ਸਮਾਂ ਕਿੱਦਾਂ ਦਾ ਸੀਗਾ। ਸੋ ਇਸ ਕਰਕੇ ਲੋਕ ਚੇਤੇ ਕਰਦੇ ਆ ਉਸ ਰਾਜ ਨੂੰ ਜਿਹੜਾ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਹੋਇਆ ਕਰਦਾ ਸੀਗਾ ਪੰਜਾਬ ਦੀ ਇਸ ਪਾਵਨ ਪਵਿੱਤਰ ਧਰਤੀ ਦੇ ਉੱਪਰ। ਬਹੁਤ ਸਾਰੇ ਲੋਕ ਤੁਹਾਨੂੰ ਅੱਜ ਵੀ ਮਿਲਣਗੇ ਜਿਹਨਾਂ ਨੂੰ ਉਹ ਰਾਜ ਚੇਤੇ ਨਹੀਂ ਹੈਗਾ, ਜਿਹਨਾਂ ਨੂੰ ਇਹ ਲੱਗਦਾ ਕਿ ਜਿਹੜੀਆਂ ਅੱਜ ਦੀਆਂ ਹਕੂਮਤਾਂ ਨੇ ਵਧੀਆ ਹੈਗਾ, ਅਸੀਂ ਤਾਂ ਆਜ਼ਾਦੀ ਦਾ ਨਿੱਘ ਮੰਨਦੇ ਪਏ ਹਾਂ। ਖਾਸ ਕਰਕੇ ਉਹ ਲੋਕ ਜਿਹਨਾਂ ਨੂੰ ਇਹ ਲੱਗਦਾ ਕਿ ਅਸੀਂ ਤਾਂ ਸਰਕਾਰੀ ਜੋਬਾਂ ਭੋਗੀਆਂ ਨੇ, ਵੱਡੇ ਵੱਡੇ ਅਹੁਦਿਆਂ ਦੇ ਉੱਪਰ ਵੀ ਰਹੇ ਹਾਂ, ਜਾਂ ਕਿਸੇ ਨੂੰ ਲੱਗਦਾ ਕਿ ਮੇਰਾ ਸਿਆਸੀ ਕੱਦ ਬੜਾ ਉੱਚਾ ਆ, ਮੇਰੀ ਤਾਂ ਸਰਕਾਰੀ ਦਰਬਾਰੇ ਵਧੀਆ ਚੱਲਦੀ ਹੈ, ਹੋਰ ਉਹਨੂੰ ਭਲਾ ਕਿਵੇਂ ਹੋਵੇ ਗੁਲਾਮੀ ਦਾ ਅਹਿਸਾਸ। ਉਹਨੂੰ ਤਾਂ ਲੱਗਦਾ ਕਿ ਆਜ਼ਾਦੀ ਦਾ ਵਧੀਆ ਨਿੱਘ ਮਾਣਦੇ ਪਏ ਆ। ਜਿਹਨਾਂ ਦੇ ਅਗਾਂਹ ਬੱਚੇ ਉਹ ਵੀ ਵਧੀਆ ਖੁਸ਼ਹਾਲੀ, ਉਹਨਾਂ ਦੇ ਲਈ ਤਾਂ ਹੈਗੀ ਆ ਆਜ਼ਾਦੀ, ਵੀ ਉਹਨਾਂ ਨੂੰ ਇਸ ਗੱਲ ਦਾ ਕੋਈ ਫਿਕਰ ਫਾਂਕਾ ਨਹੀਂ ਹੈਗਾ। ਅਸੀਂ ਸਰਕਾਰੀ ਦਰਬਾਰੇ ਫੋਨ ਕਰਦੇ ਹਾਂ ਵੀ ਸਾਡਾ ਬੱਚਾ ਜਾਂ ਸਾਡੀ ਬੱਚੀ ਉਹ ਫਲਾਨੀ ਜਗ੍ਹਾ ਜੋਬ ਕਰਦੀ ਹੈ, ਉਹਦੀ ਉੱਥੋਂ ਟ੍ਰਾਂਸਫਰ ਇੱਧਰ ਕਰ ਦਿਓ, ਇੱਧਰੋਂ ਉੱਧਰ ਕਰ ਦਿਓ, ਵੀ ਸਾਡੇ ਦਾ ਕੰਮ ਘਰ ਬੈਠਿਆਂ ਦੇ ਹੁੰਦੇ ਹੈ। ਸੋ ਉਹਨਾਂ ਵਾਸਤੇ ਤਾਂ ਹੈਗਾ ਸਾਰਾ ਕੁਝ ਠੀਕ। ਹੁਣ ਜਿਹੜੇ ਆਮ ਲੋਕ ਸੜਕਾਂ ਦੇ ਉੱਪਰ ਅੱਜ ਵੀ ਰੋਟੀ ਲੱਭ ਲੱਭ ਕੇ ਖਾਂਦੇ ਆ, ਆਜ਼ਾਦੀ ਦੀ 75ਵੀਂ ਵਰੇਗੰਢ ਆ ਪਿੱਛੇ ਮਨਾ ਕੇ ਹਟੀ ਹੈ ਇੱਥੋਂ ਦੀ ਹਕੂਮਤ। ਸੋ ਉਹ ਲੋਕ ਇਹ ਗੱਲ ਕਹਿੰਦੇ ਆ ਕਿ ਅਸੀਂ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਾਂ, 75ਵਾਂ ਅੰਮ੍ਰਿਤ ਮਹਾਂ ਉਤਸਵ। ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਕਿ ਕੂੜੇ ਦੇ ਢੇਰ ਜਿਹੜੇ ਕਿ ਆਮ ਹੀ ਤੁਹਾਨੂੰ ਸੜਕਾਂ ਦੇ ਕੰਢਿਆਂ ਦੇ ਉੱਪਰ ਲੱਗੇ ਕਈ ਜਗ੍ਹਾ ਮਿਲਣਗੇ, ਔਰ ਉਹਨਾਂ ਕੂੜੇ ਦੇ ਢੇਰਾਂ ਦੇ ਉੱਪਰ ਉਹ ਰੋਟੀ ਲੱਭ ਲੱਭ ਕੇ ਖਾਂਦੇ ਬੱਚੇ 75 ਵਰਿਆਂ ਬਾਅਦ ਵੀ, ਕੀ ਇਹ ਆਜ਼ਾਦੀ ਹੈ? ਇਸ ਤੋਂ ਬਿਨਾਂ ਹੋਰ ਬਹੁਤ ਕੁਝ ਮੇਰੇ ਕੋਲ ਹੈਗਾ ਕਹਿਣ ਨੂੰ, ਜਿਹੜੇ ਸਵਾਲ ਆਪਾਂ ਖੜ੍ਹੇ ਕਰ ਸਕਦੇ ਹਾਂ। ਨਸਲਕੁਸ਼ੀ ਹੁੰਦੀ ਹੈ ਇੱਥੇ ਘੱਟ ਗਿਣਤੀ ਕੌਮਾਂ ਦੀ, ਔਰ ਇਨਸਾਫ ਨਹੀਂ ਮਿਲਦਾ, ਕੀ ਇਹ ਆਜ਼ਾਦੀ ਹੈ? ਮਿੱਥ ਕੇ ਸਾਰਾ ਕੁਛ ਕੀਤਾ ਜਾਂਦਾ, ਕੀ ਇਹ ਆਜ਼ਾਦੀ ਹੈ? ਕੋਈ ਅੱਡਰੀ ਅਤੇ ਨਿਆਰੀ ਹੋਂਦ ਹਸਤੀ ਦਾ ਮਾਲਕ ਜਾਂ ਮਾਲਕ ਕੌਮ, ਉਹਦੀ ਅੱਡਰੀ ਅਤੇ ਨਿਆਰੀ ਹੋਂਦ ਹਸਤੀ ਤੋਂ ਹੀ ਮੁਨਕਰ ਹੋਣ ਹਕੂਮਤਾਂ, ਤਾਂ ਕੀ ਇਹ ਆਜ਼ਾਦੀ ਹੈ? ਇਸ ਤੋਂ ਇਲਾਵਾ ਹੋਰ ਮੇਰੇ ਕੋਲ ਬਹੁਤ ਕੁਝ ਕਹਿਣ ਨੂੰ ਹੈਗਾ। ਹਰਸ਼ਰਨ ਕੌਰ ਦੇ ਕੋਲੋਂ ਸੁਣਦੇ ਜਾਇਓ, ਉਹਨੇ ਉਹਦੇ ਬੋਲਾਂ ਦੇ ਵਿੱਚੋਂ ਬਹੁਤ ਹੀ ਮਿੱਠੇ ਬੋਲਾਂ ਦੇ ਨਾਲ ਉਹਨੇ ਪੂਰੀ ਖਾਲਸਾਈ ਬੜਕ ਦੇ ਨਾਲ ਜਿਹੜਾ ਉਹ ਗੀਤ ਆ ਗਾਇਆ ਹੈਗਾ, ਉਸ ਗੀਤ ਦੇ ਬੋਲ ਨੇ ਰਾਜ ਖਾਲਸੇ ਵਾਲਾ ਝੰਡਾ ਹਿੱਕ ਵੈਰੀ ਵਿੱਚ ਗੱਡਿਆ ਏ। ਆ ਸੁਣਦੇ ਜਾਇਓ। ਆਓ ਤੁਹਾਨੂੰ ਮੈਂ ਬਾਤ ਸੁਣਾਵਾਂ, ਬਾਬੇ ਬੋਤੇ ਗਰਜਿਆਂ ਦੀ, ਸੁੱਖਾ ਸਿੰਘ ਮਹਿਤਾਬ ਸਿੰਘ ਤੇ ਬੰਦੇ